कि वो सच आरा कि वो सच आरा कि वो सच साफ नहीं होएगा सारे अंगा दी सोजी लै भी ली सो वट दरअसल मन नू साफ कर लै ए सगल पौण की शुद्ध हो जाएगा ना तेरा ता तू अवेयरनेस नाल जी सकेगा सतगुर दी मत सुन मन के विरला बनन वाले मन नू विवेक बुद्धि दा सदका सारे अंगा बारे भाव जिहड़े दिसदे अंग नहीं हन सुरत मत मन बुद्ध इन्हां बारे सोझी हो जाती है हरेक मंदे ख्याल बारे ओनू अवेयरनैस आ जाती है तो चंगे ख्याल बारे अवेयरनैस लिया के वह उन्होंने जींदा है दृढ़ता नाल मन मूँह चोटा ना खाए से मुकत पे जिन अर्थ आया जी तीन टूटी जम की फांसी जम का ठेंगा पैंदा है मूँह ते रोस विकारा दा नरू मरे नर कामना आवे पशु मरे दस काज सवार है अपने कर्म की गत मैं क्या जानू बाबा रे हाड़ जले जैसे लकड़ी का तूला केस जले जैसे घास का पूला को कबीर तब ही नर जागे कब जागता है को कबीर तब ही नर जागे कदो जम का डंड मूड में लग गया मरने के बाद मेरे को जम मारेगा मेरा मुंह होएगा ही नहीं मेरा सारी बॉडी नहीं होएगी जीते जी मेरे मन दे ख्यालों उते विकारां दा जदों डंडा पैंदा है मनु खुद नाल खुआर होंदा है ताही दे कह रहा कूड़ दूर करो रोग दूर करो जो विकारां तो सत्या नहीं ना जेड़ा विकारां तो दुखी नहीं होया उहदा अब हम चली ठाकुर नहीं शुरू होएगा अब भी नहीं शुरू होएगा तो जब हम शरण प्रभु की तो होएगी ही नहीं जब की अवस्था आने वास्ते अब चाहिए ओ मन की मत वाले मुंह ते चोटा नहीं खांदा उस मुख ते थुक्का नहीं पैंदियां सतगुर की मत सुन मन के विकारां दी चोटा मुंह ते नहीं खांदा ओ जमा दी मार तो जींदे जी बच जांदा है मन्ने जम के साथ ना जाए किस तरह उते फायदा क्यों रहिंदा
ਉਥੇ ਅੰਮ੍ਰਿਤ ਵੰਡੀਏ, ਉਥੇ ਅੰਮ੍ਰਿਤ ਵੰਡੀਏ, ਸੁਖੀਆ ਹਰਿ ਕਰਨੇ, ਸੁਖੀਆ ਹਰਿ ਜਮ ਕੈ ਪੰਥ ਨਾ ਪਾਈਏ, ਜਮ ਕੈ ਪੰਥ ਨਾ ਪਾਈਏ, ਜਮ ਕੈ ਪੰਥ ਨਾ ਪਾਈਏ, ਫਿਰ ਅਮੀਓ ਚੱਲੇ ਚਰਣੇ, ਅਮੀਓ ਚੱਲੇ ਚਰਣੇ, ਪੇਖ ਦਰਸ਼ਨ ਨਾਨਕ ਜੀਵਿਆ, ਮਨ ਅੰਦਰ ਤਰਣੇ, ਮਨ ਅੰਦਰ ਤਰਣੇ, ਜਮ ਕੈ ਪੰਥ ਨਾ ਪਾਈਏ, ਜਮ ਫਿਰ ਨਾ ਵਿਰਲਾ ਬਣਨ ਵਾਲੇ ਮਨ ਨੂੰ ਕੂੜ ਉਤਾਰਨ ਵਾਸਤੇ ਗੱਲ ਸਮਝ ਆ ਗਈ। ਜਦੋਂ ਮਨ ਲਈਦਾ ਨਾ, ਜਮਾਂ ਵਾਲੇ ਮਾਰਗ 'ਤੇ ਟੁਰਨਾ ਛੁੱਟ ਜਾਂਦਾ ਹੈ। ਵਿਕਾਰੀ ਡੀਮਨਸ ਵਾਲੀ ਸੋਚਨੀ ਖਿਆਲ ਡੀਡਸ ਵਾਲੇ ਮਾਰਗ ਤੋਂ ਛੁੱਟ ਗਏ। ਜਮ ਕੇ ਪੰਥ ਮੰਨੇ ਜਮ ਕੇ ਸਾਥ ਨਾ ਜਾਏ। ਮਰਨ ਤੋਂ ਬਾਅਦ ਵਾਲੇ ਜਮ ਦੀ ਗੱਲ ਨਹੀਂ ਚੱਲ ਰਹੀ ਸਤਸੰਗ। ਜਦੋਂ ਅਸੀਂ ਬੇਸਿਕ ਜਪਜੀ ਸਾਹਿਬ ਨੂੰ ਲੈ ਕੇ ਇਸ ਤਰੀਕੇ ਨਾਲ ਚੱਲਾਂਗੇ, ਅਗਲੇ ਸਾਰੇ ਸ਼ਬਦਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਜਮ ਦੇ ਬਾਰੇ ਗੱਲਾਂ ਸਮਝ ਆਉਂਦੀਆਂ ਜਾਣਗੀਆਂ। ਪਰ ਅਸੀਂ ਜਪਜੀ ਨਹੀਂ ਸਮਝਿਆ ਸੀ ਅੱਜ ਤੱਕ। ਮੰਨੈ ਜਮ ਕੈ ਸਾਥ ਨਾ ਜਾਏ, ਭਾਵ ਜਮ ਦੇ ਮਾਰਗ 'ਤੇ ਨਹੀਂ ਚੱਲਦਾ, ਡੀਮਨਸ ਥੋਟ ਨੂੰ ਫੋਲੋ ਨਹੀਂ ਕਰਦਾ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ, ਉਹ ਸੱਚ ਦੀ ਮਤ ਅਨੁਸਾਰ ਚੱਲਣ ਲੱਗ ਪੈਂਦਾ। ਇਹ ਇਸ ਦਾ ਫਾਇਦਾ ਹੈ। ਨੈਕਸਟ, ਮੰਨੈ ਮਾਰਗ ਠਾਕ ਨਾ ਪਾਏ। ਸਾਡੀ ਪੌੜੀ 14 ਇਹ ਤਾਮਿਲਨਾਡੂ ਦੀ ਸਾਦਰੀ ਬੋਲੀ। ਠਾਕ ਹੁੰਦਾ ਰੋਕਣਾ, ਰੁਕਾਵਟ। ਜਦੋਂ ਸੱਚ ਦੇ ਮਾਰਗ 'ਤੇ ਟੁਰ ਪੈਂਦੇ ਹਾਂ, ਸੱਚ ਦਾ ਮਾਰਗ ਅੰਦਰ ਜਾਣਦਾ ਹੈ। ਬਾਹਰ ਦਾ ਮਾਰਗ ਕਿਸੇ ਤੀਰਥ 'ਤੇ ਜਾਣਾ ਹੋਏਗਾ, ਰਸਤੇ 'ਚ ਬੱਸ ਟੈਪੇਗੀ, ਪਾਣੀ ਆ ਜਾਏਗਾ, ਲੈਂਡਸਲਾਈਡ ਹੋ ਜਾਏਗੀ, ਰੁਕਾਵਟ ਆ ਸਕਦੀ ਹੈ, ਸਨੋਅ ਦੇ ਦਿਨ ਆ ਜਾਣਗੇ, ਸਰਕਾਰ ਹੀ ਮਨਾ ਕਰ ਦੇਗੀ ਨਹੀਂ ਜਾਣਾ। ਬਾਹਰਲੇ ਕਿਸੇ ਤੀਰਥ 'ਤੇ ਜਾਣਾ, ਟ੍ਰੇਨਾਂ ਨਾ ਮਿਲਣ, ਟਿਕਟਾਂ ਨਾ ਮਿਲਣ, ਘਰ ਕਈ ਕੰਮ ਹੋਣ, ਨਹੀਂ ਜਾ ਸਕਦਾ। ਅੰਦਰ ਜਾਣ ਵਾਸਤੇ ਤੈਨੂੰ ਕੋਈ ਨਹੀਂ ਰੋਕ ਸਕਦਾ। ਬਾਹਰਲੇ ਬਿਜ਼ਨਸ 'ਚ ਤੇਰੀ ਰੁਕਾਵਟ ਕੋਈ ਪਾ ਸਕਦਾ, ਨੌਕਰੀ 'ਚ ਤੇਰੀ ਪ੍ਰਮੋਸ਼ਨ ਕੋਈ ਰੋਕ ਸਕਦਾ, ਬਾਹਰ ਹਰ ਚੀਜ਼ ਪਰ ਕੋਈ ਰੁਕਾਵਟ ਡਾਲ ਸਕਦਾ। ਅੰਦਰ ਜਾਣ ਵਾਸਤੇ ਜੇ ਤੂੰ ਸੱਚ ਦੀ ਮੱਤ ਲੈਣਾ ਚਾਹੁੰਦਾ, ਤੈਨੂੰ ਕੋਈ ਨਹੀਂ ਰੋਕ ਸਕਦਾ। ਉਹਨੂੰ ਗੁਰੂ ਪਾਤਸ਼ਾਹ ਕਹਿੰਦੇ, ਬਿਘਨ ਨਾ ਕੋ ਲਾਗਤਾ, ਬਿਘਨ ਨਾ ਕੋ ਲਾਗਤਾ, ਗੁਰ ਪੈ ਅਰਦਾਸ, ਗੁਰ ਪੈ ਅਰਦਾਸ। ਕੋਈ ਬਿਘਨ ਪਾ ਹੀ ਨਹੀਂ ਸਕਦਾ। ਇਫ ਯੂ ਵਾਂਟ ਟੂ ਬੀ ਸ਼ਰੀਫ ਆਦਮੀ, if you want to be changa insaan, if you want to be man of virtues, spirituality na jeena chahunda, teri koi rukawat nahi pa sakda. Manna hai marg sach de marg te thak na paaye, koi jam vikar buddhi tenu nahi rok sakdi।
ਕੋਈ ਕਹਿੰਦਾ ਮੇਰਾ ਪਤੀ ਨਹੀਂ ਸੱਚ 'ਤੇ ਟੁਰਨ ਦਿੰਦਾ, ਕੋਈ ਕਹਿੰਦਾ ਮੇਰੀ ਪਤਨੀ ਸੱਚ 'ਤੇ ਨਹੀਂ ਟੁਰਨ ਦਿੰਦੀ, ਕੋਈ ਕਹਿੰਦਾ ਮੇਰੇ ਬੱਚਿਆਂ ਦੀ ਮੁਸੀਬਤ ਪਈ ਹੋਈ ਹੈ, ਕੋਈ ਕਹਿੰਦਾ ਮੇਰੇ ਇਹ ਪ੍ਰੋਬਲਮ ਹੈ, ਉਹ ਪ੍ਰੋਬਲਮ ਹੈ, ਅਭੀ ਨੌਕਰੀ ਕੇ ਦਿਨ ਹੈ, ਅਭੀ ਬਿਜ਼ਨਸ ਕੇ ਦਿਨ ਹੈ, ਕੋਈ ਕੋਈ ਬਾਣੇ ਨੇ। ਜੇ ਤੂੰ ਸੱਚ 'ਤੇ ਟੁਰਨਾ ਚਾਹੁੰਦਾ ਨਾ, ਇਹ ਸਾਰੀਆਂ ਗੱਲਾਂ ਛੱਡ, ਪਤੀ ਚੱਲਦਾ ਕਿ ਨਹੀਂ, ਪਤਨੀ ਚੱਲਦੀ ਕਿ ਨਹੀਂ, ਬੱਚੇ ਚੱਲਦੇ ਕਿ ਨਹੀਂ, ਤੂੰ ਸੱਚ ਦੇ ਮਾਰਗ 'ਤੇ ਟੁਰ। ਨਿਕਸਰੇ ਪੰਖੀ ਸਿਮਰ ਹਰ ਪੰਖ, ਆਪਣਾ ਸਮਾਂ ਜ਼ਾਇਆ ਨਾ ਕਰ, ਇਹ ਸਾਰੇ ਪਤਾ ਨਹੀਂ ਚੱਲਣਗੇ ਜਾਂ ਨਹੀਂ ਚੱਲਣਗੇ, ਇਹਨਾਂ ਦੀ ਡਿਜ਼ਾਇਰ ਹੀ ਨਾ ਹੋਵੇ। ਤੂੰ ਤਾਂ ਟੁਰ, ਸੱਚੀ ਖਾਹਿਸ਼ ਹੈ, ਸੱਚੀ ਭੁੱਖ ਹੈ, ਤਾਂ ਇਸੀ ਵਗਦੀਆਂ ਅੱਗਾਂ ਦੇ ਵਿੱਚ ਨਿਕਲ। ਨਿਕਲ ਡਜ਼ ਨਾਟ ਮੀਨ ਘਰ ਛੋੜ ਕੇ ਜੰਗਲ ਨਹੀਂ ਚਲੀ। ਆਤਮਕ ਤੌਰ 'ਤੇ ਇਸ ਮਾਰਗ 'ਤੇ ਟੁਰ ਪਏ, ਮੰਨੇ ਮਾਰਗ ਠਾਕ ਨਾ ਪਾਏ, ਨਾ ਮੰਨਿਆ ਭਵਜਲ ਲੰਘੀ ਹੈ ਫਿਰ ਵਿਘਨ ਨਾ ਹੋਈ। ਵਿਰਲੇ ਮਨ ਨੂੰ ਸਤਿਗੁਰ ਦੀ ਮਾਤਰਾ ਹੀ ਸੁਣ, ਮੰਨ ਕੇ ਨਿੱਜ ਕਰਦੇ ਰੱਬ ਜੀ ਨਾਲ ਇਕਵਿਕਤਾ ਵਾਲੇ ਰੱਬ ਜੀ ਦੇ ਮਾਰਗ 'ਤੇ, ਜੰਮ ਕੂੜ ਮੈਲ ਕੋਈ ਵੀ ਰੁਕਾਵਟ ਨਹੀਂ ਪਾ ਸਕਦਾ, ਉਹਨੂੰ ਕੁਛ ਨਹੀਂ ਕੋਈ ਕਹਿ ਸਕਦਾ। ਉਹ ਜਿਸ ਮਰਜ਼ੀ ਉਮਰ, ਜਿਤਨਾ ਜਲਦੀ ਤੋਂ ਜਲਦੀ ਸੱਚ ਲੈਣਾ ਚਾਹੇ, ਉਹਨੂੰ ਕੋਈ ਨਹੀਂ ਰੋਕ ਸਕਦਾ। ਇਹਦਾ ਮਤਲਬ ਸੱਚ ਲੈਣ ਵਾਸਤੇ ਲੇਟਰ ਆਉਣ ਜਦੋਂ ਬੱਚੇ ਨੂੰਹਾਂ ਪੁੱਤਰ ਸਤਾਉਣ ਲੱਗ ਪੈਣ ਤਾਂ ਨਹੀਂ ਲਈਦਾ। ਉਹ ਹੁੰਦਾ ਸੀ ਜਬ 75 ਕੇ ਹੋ ਜਾਏਂਗੇ ਫਿਰ ਘਰ ਬਾਰ ਛੋੜ ਕੇ ਹਮ ਬਾਨਪ੍ਰਸਤ ਮੇ ਚਲੇ ਜਾਏਂਗੇ, ਯਾਤਰਾ ਕਰਨ ਚਲੇ ਜਾਏਂਗੇ, ਪੂਜਾ ਕਰੇਂਗੇ। ਨਹੀਂ, ਤੂੰ 5 ਸਾਲ ਦਾ ਹੈ, ਸਾਡੇ ਕੋਲ ਗੁਰੂ ਅਰਜਨ ਪਾਤਸ਼ਾਹ ਦੇ ਸਾਹਮਣੇ ਦੇਖਦਿਆਂ ਗੁਰੂ ਤੇਗ ਬਹਾਦਰ ਸਾਹਿਬ ਛੋਟੇ ਜਿਹੇ ਨੇ, ਦੇਖਦਿਆਂ ਗੁਰੂ ਹਰਕ੍ਰਿਸ਼ਨ ਪਾਤਸ਼ਾਹ, ਦੇਖਦਿਆਂ ਛੋਟੀਆਂ ਉਮਰਾਂ, ਇਹ ਸਾਡੇ ਵਾਸਤੇ ਪ੍ਰਤੀਕ ਨੇ ਹਿਸਟਰੀ 'ਚੋਂ ਸਮਝਣ ਵਾਲੇ। ਜਿਤਨਾ ਛੇਤੀ ਐਸ ਸੂਨ ਐਸ ਪੋਸੀਬਲ ਤੂੰ ਸਤਿਗੁਰ ਦੀ ਮੱਤ ਲੈ ਸਕਦਾ ਹੈ। ਪਰ ਅਸੀਂ ਤਾਂ 90-90 ਸਾਲਾਂ ਦੇ ਹੋ ਗਏ, ਅਸੀਂ ਹੁਣ ਵੀ ਟੁਰਨ ਨੂੰ ਨਹੀਂ ਤਿਆਰ। ਨੈ ਬਿਲਮ ਧਰਮੰਗ, ਧਰਮ ਕੇ ਲਈ ਦੇਰੀ ਮਤ ਕਰ, ਬਿਲਮ ਪਾਪੰਗ, ਮੰਦੇ ਖਿਆਲਾਂ ਵਾਸਤੇ ਦੇਰੀ ਕਰਿਆ ਕਰ, ਮੰਦੇ ਮਾਰਗ 'ਤੇ ਟੁਰਨ ਤੋਂ ਬਚ। ਨਾ ਮੰਨਿਆ ਪੱਤ ਪਾਈਐ ਹਿਰਦੈ ਹੋਏ ਹਰ ਸੋਈ, ਨਾ ਮੰਨਿਆ ਪੰਥ ਪ੍ਰਗਟਾ ਨਾਮ ਸਭ ਲੋਈ, ਮੰਨੈ ਪੱਤ ਸਿਓ ਪ੍ਰਗਟ ਜਾਏ। ਪ੍ਰਗਟ ਪਤਾ ਕੀ ਹੁੰਦਾ, ਜਦੋਂ ਕਿਸੇ ਇਨਸਾਨ ਨੂੰ ਗਲਤ ਫਹਿਮੀ ਨਾਲ ਪਕੜ ਲਿਆ ਜਾਏ, ਕੋਈ ਉਸ 'ਤੇ ਇਲਜ਼ਾਮ ਲਗਾ ਦੇ, ਕੁਛ ਵੀ ਉਸਨੂੰ ਪਕੜ ਕੇ ਉਹਨੂੰ ਜੇਲ੍ਹ ਕਰ ਦਿੱਤੀ ਜਾਏ, ਔਰ ਜਦੋਂ ਜੱਜ ਪੂਰੀ ਪੈਰਵੀ ਕਰੇ ਨਿਊਟਰਲੀ ਸ਼ਰਾਫਤ ਦੇ ਨਾਲ, ਔਰ ਜਦੋਂ ਉਸਨੂੰ ਜੇਲ੍ਹ ਤੋਂ ਛੁੱਟ ਜਾਂਦਾ ਨਾ, ਉਹ ਅੰਦਰ ਦੀ ਸੰਗਲਾਂ ਤੋਂ ਛੁੱਟ ਜਾਂਦਾ, ਇਹਨੂੰ ਕਹਿੰਦੇ ਨੇ ਪ੍ਰਗਟ। ਪ੍ਰਗਟ ਹੁੰਦਾ ਕਲੀਨ ਚਿੱਟ, ਕਲੀਨ ਚਿੱਟ ਮਿਲੀ, ਆਪਕੋ ਬਾਇੱਜ਼ਤ ਬਰੀ ਕੀਆ ਜਾਂਦਾ ਹੈ। ਜਮਾਂ ਤੋਂ ਛੁੱਟ ਚੁੱਕੇ ਆ, ਜਮਾਂ ਤੋਂ ਛੁੱਟ ਜਾਏ ਵਾਲੀ ਮੱਤ ਸਮਝ ਆ ਰਹੀ ਹੈ ਮਨ ਨੂੰ ਕਿ ਮੰਨ ਲੈਵੋ ਤਾਂ, ਟੁਰ ਪਵੋ ਤਾਂ, ਮੰਨੈ ਪੱਤ ਸਿਓ ਨਿਜ ਕਰ ਅੰਦਰ, ਮੇਰਾ ਮਨ ਪ੍ਰਗਟ ਜਾਏ, ਬਿਲਕੁਲ ਕੂੜ ਰਹਿਤ ਹੋ ਕੇ ਜਾ ਸਕਦਾ ਹੈ। ਵਿਰਲਾ ਮਨ ਵਿਕਾਰਾਂ ਤੋਂ ਮੁਕਤ ਹੋ ਜਾਂਦਾ, ਸੁਰਖਰੂ ਹੋ ਜਾਂਦਾ, ਨਿਜ ਕਰਦੇ ਰੱਬ ਜੀ ਦੀ ਦਰਗਾਹ 'ਚ ਚੰਗੇ ਗੁਣਾਂ ਨਾਲ ਪ੍ਰਗਟ ਸਮਝ ਆ ਜਾਂਦੀ ਹੈ, ਜਾਂਦਾ ਦ੍ਰਿੜ ਕਰਦਾ, ਵਿਕਾਰਾਂ ਜਮਾਂ ਦੇ ਵੱਲ ਉਹਦੀ ਪੱਤ ਨਹੀਂ ਲੁੱਟੀ ਜਾਂਦੀ, ਕਿਉਂਕਿ ਰੱਬੀ ਇਕਮਿਕਤਾ ਦਾ ਆਰਮਰ ਉਸਨੂੰ ਪ੍ਰਾਪਤ ਹੋ ਗਿਆ। ਮੰਨੈ ਮੱਗ ਨਾ ਚੱਲੈ ਪੰਥ, ਉਹ ਵਿਕਾਰਾਂ ਦੇ ਮਾਰਗ 'ਤੇ ਟੁਰਦਾ ਹੀ ਨਹੀਂ। ਮੰਨੈ ਧਰਮ ਸੇਤੀ ਸੰਬੰਧ, ਉਹਦਾ ਸਿਰਫ ਨਿੱਜ ਕਰਦੇ ਅੰਤਰ ਆਤਮੇ ਦੇ ਦੱਸੇ ਹੋਏ ਸੱਚ ਦੇ ਧਰਮ ਦੇ ਨਾਲ ਉਸਦਾ ਲਿੰਕ ਰਹਿ ਜਾਂਦਾ ਹੈ, ਹੋਰ ਕੋਈ ਗੱਲ ਨਹੀਂ ਸੁਣਦਾ। ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ। ਧਰਮ ਦਾ ਮਤਲਬ ਸਾਧ ਸੰਗਤ ਜੀ, ਸਗਲ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਨਿਰਮਲ ਕਰਮ ਵਾਲੀ ਮਤ ਨੂੰ ਦ੍ਰਿੜ ਕਰ ਲੈ, ਹਰ ਕੋ ਨਾਮ ਜਪ ਰੱਬੀ ਗੁਣਾਂ ਨੂੰ ਜੀ, ਇਸ ਨੂੰ ਧਰਮ ਕਹਿੰਦੇ ਨੇ। ਇਹ ਧਰਮ ਇੱਕੋ ਧਰਮ ਦ੍ਰਿੜ ਹੈ ਸੱਚ ਕੋਈ ਹੁੰਦਾ ਹੈ, ਇਹ ਧਰਮ ਵੱਖਰੇ ਵੱਖਰੇ ਮਜ਼ਹਬਾਂ ਦੀ ਗੱਲ ਨਹੀਂ ਚੱਲ ਰਹੀ। ਇਤਨੇ ਸਾਰੇ ਮਜ਼ਹਬ ਹੈ, ਇਨਮੇ ਸੇ ਮੈਨੇ ਇੱਕ ਮਜ਼ਹਬ ਅਡੋਪਟ ਕਰ ਲਿਆ, ਇਹ ਮੇਰਾ ਧਰਮ ਹੈ, ਉਹਦੀ ਨਹੀਂ ਗੱਲ ਚੱਲ ਰਹੀ। ਇਹ ਬਾਹਰਲੇ ਔਰਗਨਾਈਜ਼ਡ ਰਿਲੀਜਨਸ, ਇਹਨਾਂ ਨੂੰ ਮਜ਼ਹਬ ਕਹਿੰਦੇ ਨੇ, ਪਰ ਧਰਮ ਹਰ ਕਿਸੇ ਦਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ, ਮੇਰਾ ਇੱਕੋ ਹੈ। ਅੰਦਰੋਂ ਹਰ ਕਿਸੇ ਵਾਸਤੇ ਇੱਕੋ ਰੱਬ ਹੈ, ਇੱਕੋ ਖੁਦਾ ਹੈ, ਇੱਕੋ ਵਾਹਿਗੁਰੂ ਹੈ, ਇੱਕੋ ਰਾਮ ਹੈ, ਇੱਕੋ ਅੱਲਾ ਹੈ, ਇੱਕੋ ਗੋਡ ਹੈ, ਉਹ ਇੱਕੋ ਹੀ ਸੱਚ ਹੀ ਦੱਸਦਾ ਹੈ, ਤੈਨੂੰ ਸੱਚ ਸੁਣਨ ਦੀ ਗੱਲ ਸਮਝਾਈ ਜਾ ਰਹੀ ਹੈ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ, ਇਹ ਅਸਲੀ ਧਰਮ ਹੈ ਸਾਡੀ, ਮੰਨੇ ਦੀ ਆਖਰੀ ਪੌੜੀ। ਮੰਨੇ ਪਾਵੇ ਮੋਖ ਦੁਆਰ, ਪਹਿਲਾਂ ਉਹਨੂੰ ਸਿਰਫ ਸਮਝਾਇਆ ਸੀ ਪਿਛਲੀ ਪੌੜੀਆਂ 'ਚ, ਸਾਚਾ ਸਾਹਿਬ ਸਾਚ ਨਾਏ
ਭਾਖਿਆ ਪਾਓ ਅਪਾਰ। ਰੱਬ ਜੀ ਪਿਆਰ ਦੀ ਬੋਲੀ ਬੋਲਦੇ ਨੇ, ਨਾ ਉਹਨਾਂ ਦਾ ਸੱਚਾ ਹੈ, ਸੱਤ ਨਾਮ ਹੈ। ਸਾਚਾ ਸਾਹਿਬ ਸਾਜਨਾ ਹੈ ਭਾਖਿਆ ਪਾਓ ਅਪਾਰ। ਕਰਮੀ ਆਵੇ ਕੱਪੜਾ, ਸਤਿਗੁਰ ਦੀ ਮੱਤ ਦਾ, ਨਜ਼ਰੀਏ ਦਾ, ਕਰਮ ਦਾ, ਬਖਸ਼ਿਸ਼ ਦਾ ਕੱਪੜਾ ਮੱਤ ਉੱਤੇ ਚੋਲਾ ਪਾਉਣਾ, ਜਿਹਦੇ ਨਾਲ ਫਿਰ ਵਿਕਾਰ ਸਾਨੂੰ ਨਾਂਗੇ ਨਹੀਂ ਕਰ ਸਕਦੇ ਨੇ। ਮੇਰੀ ਮੱਤ ਦਰੋਪਦੀ ਦੀ ਕੋਈ ਵੀ ਦੁਰਯੋਧਨ ਪੱਤ ਨਹੀਂ ਲੁੱਟ ਸਕਦਾ, ਇਸਦਾ ਨੰਗੇਜ਼ ਨਹੀਂ ਕਰ ਸਕਦਾ। ਜਮਾਂ ਦੀ ਰਾਜ ਸਭਾ ਦੇ ਅੰਦਰ ਚਾਰੋਂ ਪਾਸੇ ਵਿਕਾਰ, ਸਰਵਰ ਪੰਖੀ ਹੇਕੜੋ ਫਾਹੀਵਾਲ ਪਚਾਸ, ਇੱਕ ਪੰਛੀ ਹੈ ਔਰ ਪਚਾਸ ਪਚਾਸ ਯਹਾਂ ਪਰ ਸ਼ਿਕਾਰੀ ਬੈਠੇ ਹੋਏ ਪਕੜਨੇ ਕੇ ਲੀਏ, ਔਰ ਕੋਈ ਵੀ ਨਹੀਂ ਪਕੜ ਸਕਤਾ ਹੈ। ਕਿਉਂ? ਮੇਰੇ ਕੋਲ ਸਤਿਗੁਰ ਦੀ ਮੱਤ ਦਾ ਪ੍ਰੇਮ ਪਟੋਲਾ ਪ੍ਰਾਪਤ ਹੋ ਗਿਆ। ਪ੍ਰੇਮ ਪਟੋਲਾ ਕਰਮੀ ਆਵੇ ਕੱਪੜਾ, ਫਾਇਦਾ ਕੀ ਹੁੰਦਾ? ਨਦਰੀ ਸਤਿਗੁਰ ਦੀ ਨਦਰ ਅਨੁਸਾਰ ਟੁਰੋ, ਮੋਖ ਦੁਆਰ ਮੁਕਤੀ ਦਾ ਦਰ ਪ੍ਰਾਪਤ ਹੁੰਦਾ ਹੈ। ਦੁਆਰ ਦਰਵਾਜ਼ਾ ਮੋਖ ਮੁਕਤੀ, ਸਲਵੇਸ਼ਨ ਵਾਈ ਲਿਵਿੰਗ, ਉੱਥੇ ਕਿਹਾ ਸੀ, ਇੱਥੇ ਕਹਿ ਰਹੇ ਜੇ ਮੰਨ ਲਵੋ, ਮੰਨੈ ਪਾਵੈ ਮੋਖ ਦੁਆਰ, ਜੀਵਤ ਪਾਵੋ ਮੋਖ ਦੁਆਰ। ਸਤਸੰਗ ਜੀ, ਜੀਵਤ ਪਾਵੋ, ਜੀਂਦੇ ਜੀ ਮੋਖ ਦੁਆਰ ਪ੍ਰਾਪਤ ਕਰਨਾ ਹੈ। ਇਸਕਾ ਮਤਲਬ ਮਰਨੇ ਕੇ ਬਾਅਦ ਜੋ ਮੁਕਤੀ ਕੀ ਬਾਤ ਹੈ ਵੋ ਗੁਰਮਤ ਨਹੀਂ ਮੰਨਤੀ। ਮੂਹੇ ਹੂਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣਾ ਕੋਇਲਾ। ਸਲਵੇਸ਼ਨ ਆਫਟਰ ਡੈਥ ਗੁਰਮਤ ਨਹੀਂ ਮੰਨਦੀ। ਜੇ ਸਲਵੇਸ਼ਨ ਆਫਟਰ ਡੈਥ ਗੁਰਮਤ ਨਹੀਂ ਮੰਨਦੀ ਤਾਂ ਹੈਲ ਵੀ ਆਫਟਰ ਡੈਥ ਗੁਰਮਤ ਨਹੀਂ ਮੰਨਦੀ, ਹੈਵਨ ਵੀ ਆਫਟਰ ਡੈਥ ਗੁਰਮਤ ਨਹੀਂ ਮੰਨਦੀ, ਅਤੇ ਜਮ ਵੀ ਆਫਟਰ ਡੈਥ ਗੁਰਮਤ ਨਹੀਂ ਮੰਨਦੀ। ਗੁਰਮਤ ਪ੍ਰੈਜੈਂਟ ਜੀਵਨ ਵਿੱਚ ਮੰਨਦੀ ਪਈ ਹੈ, ਮੈਨੂੰ ਕਹਿੰਦੀ ਪਈ ਹੈ, ਆਜ ਮਿਲਾਵਾ ਸ਼ੇਖ ਫਰੀਦ ਟਾਕਮ ਕੁੰਜੜੀਆਂ ਮਨੋ ਮਚੰਦੜੀਆਂ। ਮੱਦੇ ਖਿਆਲ ਦੂਰ ਕਰ, ਤੇਰਾ ਰੱਬ ਜੀ ਨਾਲ ਆਜ ਹੀ ਮਿਲਾਪ ਹੈ। ਉਹ ਕਹਿ ਰਹੇ ਸੀ ਜਬ ਮਰ ਜਾਏਂਗੇ ਇੱਕ ਦਿਨ ਭਗਵਾਨ ਕੇ ਘਰ ਜਾਏਂਗੇ, ਆਜ ਹੀ ਮਿਲਾਪ ਕਰਾ ਦਿਆ ਤੋ ਆਜ ਮੁਕਤੀ ਹੋ ਗਈ ਨਾ। ਜੀਵਤ ਪਾਵੋ ਮੋਖ ਦੁਆਰ। ਹੁਣ ਜਿਤਨੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਹੋਣਗੇ ਜਿਹਨਾਂ ਵਿੱਚ ਮਰਨ ਤੋਂ ਬਾਅਦ ਕੋਈ ਗੱਲ ਕੀਤੀ ਹੈ, ਉਹਨੂੰ ਸਮਝਣਾ ਪਏਗਾ ਕਿ ਉਹ ਅੱਜ ਦੇ ਬਾਰੇ ਮੇਰੀ ਕੀਤੀ ਹੈ। ਸਤਿਗੁਰ ਦੀ ਮੱਤ ਸੁਣ ਮੰਨ ਕੇ ਵਿਰਲੇ ਮਨ ਨੂੰ ਹਰੇਕ ਖਿਆਲ ਰੋਮ ਰੋਮ ਕਰਕੇ ਵਿਕਾਰਾਂ ਤੋਂ ਮੁਕਤ ਹੋ ਜਾਣ ਵਾਲੀ ਮੁਕਤੀ ਦਰ ਸਮਝ ਆ ਜਾਂਦਾ ਹੈ, ਉਹ ਪ੍ਰਾਪਤ ਕਰਨ ਯੋਗ ਹੋ ਜਾਂਦਾ। ਕੌਣ? ਜਿਹੜਾ ਕਹਿ ਰਿਹਾ ਸੀ ਮੇਰੀ ਕੂੜ ਦੂਰ ਕਰੋ, ਵਿਰਲਾ ਬਣਨ ਦੀ ਤਾਂਘ। ਮੰਨੈ ਪਰਵਾਰ ਐਸਾ ਧਾਰ, ਉਹਦਾ ਪਰਿਵਾਰ ਨੂੰ ਸੱਚ ਦਾ ਆਧਾਰ ਪ੍ਰਾਪਤ ਹੋ ਜਾਂਦਾ ਔਰ ਉਸਦਾ ਪਰਿਵਾਰ ਸੁਧਰ ਜਾਂਦਾ। ਕਿਹੜੇ ਵਾਲਾ? ਕਬੀਰ ਸਾਹਿਬ ਹੁਣ ਪਰਿਵਾਰ ਦੱਸਣਗੇ ਸਾਨੂੰ। ਜੋ ਪਰਿਵਾਰ ਨਾ ਪਤਾ ਹੋਏ ਨਾ, ਜਦੋਂ ਸ਼ਬਦ ਆਏਗਾ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੁੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ, ਤਾਂ ਸਾਨੂੰ ਹਮੇਸ਼ਾ ਹੀ ਸੁਣਾਏਗਾ ਇਹ ਜੋ ਤੇਰੇ ਪਤੀ ਪਤਨੀ ਧੀਆਂ ਪੁੱਤਰ ਬੱਚਿਆਂ ਦਾ, ਤੂੰ ਮਰ ਜਾਏਗਾ ਤੇਰੇ ਸਾਥ ਨਹੀਂ ਜਾਏਂਗੇ, ਇਹ ਕਹਿੰਦੇ ਨੇ ਇਹ ਸਾਰਾ ਕੁਟੁੰਬ ਹੈ। ਗੁਰੂ ਸਾਹਿਬ ਇਸ ਕੁਟੁੰਬ ਦੀ ਗੱਲ ਕਰ ਹੀ ਨਹੀਂ ਰਹੇ, ਕੁਟੁੰਬ ਸਮਝਾ ਲੱਗੇ ਨੇ ਕਬੀਰ ਸਾਹਿਬ। ਕੋ ਹੈ ਲੜਕਾ ਬੇਚੇਈ, ਲੜਕੀ ਬੇਚੈ ਕੋਏ, ਸਾਂਝਾ ਕਰੇ ਕਬੀਰ ਸਿਓ ਹਰ ਸਿਓ ਬੰਜ ਕਰੇ। ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ, ਪਾਂਚੋ ਲੜਕਾ ਜਾਰ ਕਹਿ ਰਹਿ ਰਾਮ ਲਿਵਲਾਗ। ਅੱਛਾ, ਲੜਕੇ ਸਾੜ ਦਿਆਂ ਮੈਂ, ਕਬੀਰ ਸਾਹਿਬ ਆਪਣੀਆਂ ਲੜਕੀਆਂ ਸਾੜ ਦਿਆਂ ਪੰਜ ਤੇ ਕਿਸੇ ਮਸਾਂ ਇੱਕ ਮੁੰਡਾ ਹੁੰਦਾ, ਕਿਸਦੇ ਪੰਜ ਪੁੱਤਰ ਹੋ ਜਾਣ ਕਿਉਂ ਸਾੜੇਗਾ? ਤਾਂ ਕਈਆਂ ਦੀਆਂ ਪੰਜ ਧੀਆਂ ਹੁੰਦੀਆਂ ਹੀ ਨਹੀਂ, ਕਈਆਂ ਦੀਆਂ ਸਿਰਫ ਧੀਆਂ ਹੁੰਦੀਆਂ। ਸਤਸੰਗਤ, ਇਹ ਬਾਹਰਲੇ ਟੱਬਰ ਦੀ ਗੱਲ ਹੀ ਨਹੀਂ ਹੈ, ਸਾਡੀ ਮੱਤ ਬਾਰੇ ਗੱਲ ਚੱਲ ਰਹੀ ਹੈ, ਮੇਰੇ ਖਿਆਲਾਂ ਬਾਰੇ ਚੱਲ ਰਹੀ ਹੈ, ਮੇਰੇ ਨਿੰਦਿਆ ਚੁਗਲੀ ਤ੍ਰਿਸ਼ਨਾ ਬਾਰੇ ਮੰਦੇ ਖਿਆਲਾਂ ਨੂੰ ਧੀਆਂ ਪੁੱਤਰ ਕਹਿੰਦੇ ਨੇ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਮੇਰੇ ਪੁੱਤਰ ਹਨ, ਪਾਂਚੋ ਲੜਕਾ ਕਬੀਰ ਸਾਹਿਬ। ਤੁਸੀਂ ਸਾਰੇ ਬਾਣੀ ਪੜ੍ਹਨਾ ਹੋਏਗਾ ਔਰ ਕਬੀਰ ਸਾਹਿਬ ਨੂੰ ਪੁੱਛਣਾ ਪਏਗਾ, ਔਰ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਇਸੇ ਟੱਬਰ ਦੀ ਗੱਲ ਕੀਤੀ ਹੈ। ਇਹ ਵਾਲਾ ਕੁਟੰਬ, ਇਹ ਤੇਰਾ ਕੁੱਲ ਦਾ ਖਰਾਬ ਹੋਇਆ ਹੋਇਆ ਹੈ, ਤੂੰ ਆਸੀਸ ਲੈ। ਉਹਨੂੰ ਪੜ੍ਹਦੇ ਹਾਂ ਅਸੀਂ, ਮਾਤਾ ਕੀ ਆਸੀਸ ਪੂਤਾ, ਮਾਤਾ ਕੀ ਆਸੀਸ ਨਿਮਕ ਨਾ ਬਿਸਰੋ, ਤੁਮਕੋ ਹਰ ਹਰ ਸਦਾ ਪਜੋ।
जिस सिमरत सब किल विखनासे ਦਾ ਉਧਾਰ ਹੋ ਜਾਂਦਾ ਹੈ। ਮੈਂ ਅੱਜ ਕੱਲ੍ਹ ਵਾਲੇ ਸ਼ਰਾਧਾਂ ਦੀ ਗੱਲ ਨਹੀਂ ਕਰ ਰਿਹਾ ਜਿਸਮੇ ਕੋਈ ਬੰਦੋ ਕੋ ਬੁਲਾਓ ਉਨਕੋ ਕੁਛ ਖਿਲਾਓ ਤੁਹਾਰੇ ਪਿੱਤਰੋਂ ਕਾ ਉਧਾਰ ਹੋ ਜਾਏਗਾ। ਉਹ ਤਾਂ ਹਰ ਸਾਲ ਉਹਨਾਂ ਥੱਲੇ ਆਉਣਾ ਪੈਂਦਾ ਹੈ, ਸ਼ਰਾਧ ਦੇ ਦਿਨ ਹਰ ਸਾਲ ਆ ਜਾਂਦੇ ਨੇ। ਇਹਦਾ ਮਤਲਬ ਜਿਹੜੇ ਵਿਚੋਲੇ ਬਣ ਕੇ ਆ ਕੇ ਕੁਛ ਲੈ ਕੇ ਸਾਡੇ ਘਰ ਸਾਡੀ ਮਾਂ ਭੈਣ ਨੂੰ ਬੇਵਕੂਫ ਬਣਾ ਕੇ ਕਹਿੰਦੇ ਨੇ ਲਓ ਜੀ ਤੁਹਾਰੇ ਪਿੱਤਰੋਂ ਕਾ ਉਧਾਰ ਹੋ ਜਾਏਗਾ, ਉਹ ਮੂਰਖ ਬਣਾ ਰਹੇ ਨੇ। ਪਿੱਤਰੀ ਹੋਏ ਉਧਾਰੋ, ਮੇਰੇ ਅਨਸੈਸਟਰਸ ਨੇ ਕੁਛ ਗਲਤ ਕੰਮ ਕੀਤਾ ਉਹਦਾ ਉਧਾਰ ਹੁਣ ਕਿਵੇਂ ਹੋਏ। ਹਾਂ ਜੇ ਉਹਨਾਂ ਦਾ ਨਾਂ ਖਰਾਬ ਹੈ ਪੁਰਾਣਾ, ਮੇਰੇ ਨਾਨਕੇ ਦਾਦਕੇ ਲੱਕੜ ਦਾਦੇ ਪੁਰਾਣਿਆਂ ਦਾ, ਜੇ ਮੈਂ ਅੱਜ ਚੰਗਾ ਜੀਵਨ ਜੀਵਾਂ ਤਾਂ ਸਾਰੀ ਦੁਨੀਆ ਆਪੇ ਹੀ ਕਹਿਣ ਲੱਗ ਪੈਂਦੀ ਹੈ ਕਿਸ ਟੱਬਰ ਦਾ ਕਿਸ ਕੁਲ ਦਾ ਬੱਚਾ ਹੈ, ਕਾਸ਼ ਸਾਡਾ ਵੀ ਬੱਚਾ ਜੋਵੇ। ਉਹਨਾਂ ਪੁਰਾਣਾ ਉਹਨਾਂ ਦਾ ਸਾਰਾ ਮੈਲ ਮੰਦੇ ਕਰਮ ਮਿਟ ਜਾਂਦੇ ਨੇ। ਪਰ ਪਿੱਤਰੀ ਹੋਏ ਉਧਾਰੋ, ਮੇਰੀ ਗੱਲ ਚੱਲ ਰਹੀ ਹੈ। ਮੇਰੀ ਕੁਮਤ ਰੂਪੀ ਮੱਤ ਸੀ, ਮੰਦੇ ਖਿਆਲਾਂ ਵਾਲੀ ਮੱਤ ਸੀ, ਉਸ ਤੋਂ ਮੇਰੀ ਉਪਜ ਹੋਈ। ਮੇਰਾ ਅਸੰਤੋਖ ਡਿਸਕੰਟੈਂਟਮੈਂਟ ਵਾਲਾ ਪਿਤਾ ਸੀ, ਇਹਨਾਂ ਦੋਵਾਂ ਦੇ ਮਿਲਾਪ ਨਾਲ ਮੇਰਾ ਮਨ ਦਾ ਖਿਆਲ ਪੈਦਾ ਹੋਇਆ। ਇਹ ਪੈਦਾ ਹੋਇਆ, ਇਸ ਨੂੰ ਸਵਾਰਨਾ ਸਾਡਾ ਮਾਂ ਸੈਮੀਨਾਰ ਦੀ ਕੈਸੇਟ ਤੁਸੀਂ ਸੁਣੋਗੇ। ਮਾਤਾ ਮੱਤ ਪਿਤਾ ਸੰਤੋਖ, ਚੰਗੀ ਮੱਤ ਪ੍ਰਾਪਤ ਕਰ ਲੈਣਾ, ਸੁਚੱਜੀ ਮੱਤ ਘਰ ਕੀ ਗੀਹਨ, ਸੁਚੱਜੀ ਮੱਤ ਪਵਿੱਤਰ ਮਾਤਾ ਅਸਲੀ ਮਾਂ ਪ੍ਰਾਪਤ ਕਰ ਲੈਣਾ, ਮਤਰਈ ਮਾਂ ਮੰਦੇ ਖਿਆਲਾਂ ਵਾਲਾ ਤੋਂ ਛੁੱਟ ਜਾਣਾ। ਧਰੂ ਦੀ ਸਟੋਰੀ ਆਈ, ਕਿਸ ਉੱਦਮ 'ਤੇ ਰਾਜ ਮਿਲੇ ਸ਼ਤਰੂ 'ਤੇ ਸਭ ਹੋਏ ਪੁਨੀਤਾ। ਪੁੱਤਰ ਨੂੰ ਮਤਰਈ ਮਾਂ ਨੇ ਸੰਤੋਖ ਪਿਤਾ ਦੀ ਗੋਦੀ 'ਚੋਂ ਕੱਢਿਆ ਸੀ। ਜਦੋਂ ਅਸੀਂ ਉਹਦਾ ਤੱਤ ਗਿਆਨ ਸਮਝਾਂਗੇ, ਸੰਤੋਖ ਪਿਤਾ ਦੀ ਗੋਦੀ 'ਚੋਂ ਪਕੜ ਕੇ ਕੱਢ ਦਿੱਤਾ, ਤੁਮਕੋ ਰਾਜ ਨਹੀਂ ਦਿਆ ਜਾਏਗਾ, ਜਾਓ ਆਪਣੀ ਮਾਂ ਕੇ ਪਾਸ। ਉਹ ਅਸਲੀ ਮਾਂ ਕੋਲ ਜਾਂਦਾ ਹੈ, ਅਸਲੀ ਮਾਂ ਨੂੰ ਪੁੱਛਦਾ ਮੈਨੂੰ ਸੱਚ ਦਾ ਨੇਚਰ ਰਾਜ ਕਿਵੇਂ ਮਿਲੇ। ਉਹ ਕਹਿੰਦੀ ਹੈ ਸੱਚ ਨਾਲ ਜੁੜ ਜਾ, ਨੇਚਰ ਰਾਜ ਮਿਲ ਜਾਏਗਾ, ਸੰਤੋਖ ਪਿਤਾ ਪ੍ਰਾਪਤ ਹੋ ਜਾਏਗਾ। ਪਿੱਤਰ ਇੰਜ ਉਧਾਰ ਹੁੰਦੇ ਨੇ, ਜਦੋਂ ਚੰਗੇ ਮਾਤਾ ਪਿਤਾ ਵਾਲੀ ਮੱਤ ਮਿਲ ਜਾਏ ਤਾਂ ਨਵਾਂ ਬਣਦਾ ਹੈ, ਉਸ ਦੀ ਆਸੀਸ ਦਿੱਤੀ ਜਾ ਰਹੀ ਹੈ। ਜੇ ਸਿਮਰਤ ਸਭ ਕਿਲ ਵਿਖਨਾਸ ਹੈ, ਮੰਦੇ ਖਿਆਲ ਗਏ, ਪਿੱਤਰੀ ਹੋਏ ਉਧਾਰੋ, ਮੰਨੈ ਪਰਵਾਰ ਹੈ ਸਾਧਾਰ। ਉਹ ਇਸ ਤਰ੍ਹਾਂ ਆਪਣਾ ਪੂਰਾ ਕੁੱਲ ਸੁਧਾਰ ਕਰ ਲੈਂਦਾ ਹੈ। ਪਰਿਵਾਰ ਦਾ ਮਤਲਬ ਕਿਸੇ ਜ਼ਾਤ ਵਾਲੇ ਟੱਬਰ ਦੇ ਤੁਸੀਂ ਹੋ, ਉਸ ਪਰਿਵਾਰ ਦੀ ਗੱਲ ਨਹੀਂ ਚੱਲ ਰਹੀ। ਜਦੋਂ ਅਸੀਂ ਇਸ ਤਰੀਕੇ ਦਾ ਜੀਵਨ ਜੀਣ ਲੱਗਦੇ ਹਾਂ ਤਾਂ ਅਸੀਂ ਆਪਣਾ ਪਰਿਵਾਰ ਅੰਦਰ ਦੇ ਖਿਆਲ ਸੁਧਾਰਦੇ ਪਏ ਹਾਂ। ਅੰਦਰ ਦੇ ਖਿਆਲ ਸੁਧਾਰਨ ਵਾਸਤੇ ਰੋਜ਼ ਨਿਤਨੇਮ ਕਰਦੇ ਹਾਂ। ਪਹਿਲਾਂ ਸ਼ੁਰੂ ਵਿੱਚ ਅਸੀਂ ਜ਼ਬਾਨੀ ਯਾਦ ਕਰਨ ਦੀ ਸ਼ੁੱਧ ਕਰਨ ਦੀ ਗੱਲ ਕਰਦੇ ਹਾਂ, ਫਿਰ ਅਸੀਂ ਤੋਤਾ ਰਟਨੀ ਕਰਦੇ ਰਹਿੰਦੇ ਹਾਂ, ਤੋਤਾ ਰਟਨੀ ਤੋਂ ਫਿਰ ਅਸੀਂ ਅੱਗੇ ਵੱਧਦੇ ਹਾਂ, ਅੱਗੇ ਵੱਧ ਕੇ ਫਿਰ ਅਸੀਂ ਉਸ ਦੇ ਨਾਲ ਆਪਣੇ ਅੰਦਰ ਦਾ ਪਰਿਵਾਰ ਸੁਧਾਰਨਾ ਸ਼ੁਰੂ ਕਰਦੇ ਹਾਂ। ਇਸ ਤਰ੍ਹਾਂ ਹੀ ਖੰਡੇ ਕੀ ਪੌਲ ਛੱਕਦੇ ਹਾਂ ਤਾਂ ਕਿ ਮੈਂ ਸ਼ਰਾਬ ਛੱਡਾਂ ਅਤੇ ਫਿਰ ਮੇਰੇ ਪਰਿਵਾਰ ਵਿੱਚ ਸ਼ਰਾਬ ਛੁੱਟ ਜਾਏ, ਫਿਰ ਮੇਰੇ ਘਰ ਦੇ ਬੱਚਿਆਂ ਦਾ ਵੀ ਜੀਵਨ ਉਸ ਤਰ੍ਹਾਂ ਬਣ ਜਾਏ। ਇਸ ਤਰ੍ਹਾਂ ਅੰਦਰ ਦੇ ਵੀ ਪਰਿਵਾਰ ਨੂੰ ਸੁਧਾਰਦੇ ਹਾਂ ਤਾਂ ਫਿਰ ਮੇਰਾ ਬਾਹਰਲੇ ਖਿਆਲ ਵੀ ਮੰਨੈ ਪਰਿਵਾਰੇ ਸਾਧਾਰ, ਨਾਏ ਮੰਨਿਆ ਕੁੱਲ ਉਧਰੈ ਸਭ ਕੁਟੰਬ ਸਭਾਇਆ। ਅੰਦਰ ਦਾ ਕੁੱਲ ਉਧਰ ਗਿਆ, ਮੇਰੇ ਮਨ ਦਾ ਸਾਰਾ ਟੱਬਰ ਸੁਧਰ ਗਿਆ, ਮਨ ਦੀ ਸਾਰੀ ਕੂੜ ਉਤਰ ਗਈ, ਭੈੜਾ ਟੱਬਰ ਗਿਆ, ਚੰਗਾ ਟੱਬਰ ਪ੍ਰਾਪਤ ਹੋਇਆ। ਮਾਤਾ ਮੱਤ ਪਿਤਾ ਸੰਤੋਖ ਸਤ ਭਾਈ ਕਰ ਇਹ ਵਿਸੇਖ, ਸਾਰਾ ਟੱਬਰ ਉਸ ਸ਼ਬਦ ਵਿੱਚ ਸਮਝਾਇਆ। ਗੌੜੀ ਰਾਗ ਵਿੱਚ ਤੁਸੀਂ ਪੜ੍ਹਨਾ, ਮੰਨੈ ਤਰੈ ਤਾਰੇ ਗੁਰਸਿੱਖ, ਸਤਿਗੁਰ ਦੀ ਮੱਤ ਲੈ ਕੇ ਵਿਰਲਾ ਮਨ ਸੁਣ ਮੰਨ ਕੇ ਆਪ ਆਪਣੇ ਇੰਦਰੀਆਂ ਗਿਆਨ ਇੰਦਰੀਆਂ ਨੂੰ ਸਿੱਧੇ ਪਾਸੇ ਪਾਉਣ ਯੋਗ ਹੋ ਜਾਂਦਾ ਹੈ, ਵਿਕਾਰਾਂ ਦੇ ਸਮੁੰਦਰ ਤੋਂ ਤਰ ਜਾਂਦਾ ਹੈ। ਇਹ ਵਿਕਾਰਾਂ ਦੇ ਸਮੁੰਦਰ ਤੋਂ ਪਾਰ ਲੱਗਣ ਵਾਲੀ ਉਸਨੇ ਮੱਤ ਸੁਣੀ ਸੀ, ਸੁਣ ਕੇ ਮੰਨਿਆ ਹੈ ਅਤੇ ਪਾਰ ਹੋ ਜਾਂਦਾ ਹੈ। ਵਰਨਾ ਇਸ ਮੱਤ ਨੂੰ ਸ਼ੁਰੂ 'ਚ ਕਿਹਾ ਗੁਰ ਈਸ਼ਰ ਗੁਰ ਗੋਰਖ ਵਰਮਾ, ਗੁਰ ਪਾਰ ਪਾਰ ਕਰਾਉਣ ਵਾਲੀ ਮਾਈ ਮੱਤ, ਬੱਤੀ ਸੁਹਾਗਵਤੀ, ਗੁਰ ਪਾਰ
ਵਿਕਾਰਾਂ ਦੇ ਸਮੁੰਦਰ ਤੋਂ ਪਾਰ ਲਗਾਉਣ ਵਾਲੀ ਹਮੇਸ਼ਾ ਸੁਹਾਗਵਤੀ ਵਾਲੀ ਮਾਈ ਮੱਤ ਪ੍ਰਾਪਤ ਉਸ ਵੇਲੇ ਕਿਹਾ ਸੀ ਹੋ ਜਾਂਦਾ ਤਾਂ ਇੱਥੇ ਕਹਿ ਰਹੇ ਮੰਨੈ ਪਰਵਾਰੇ ਸਰਦਾਰ ਮੰਨੈ ਤਾਰਾ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਭਿੱਖ ਕੀ ਹੁੰਦਾ ਭਿੱਖਿਆ ਅਸੀਂ ਥਾਂ ਥਾਂ ਤੋਂ ਦੁਨੀਆਂ ਕੋਲੋਂ ਜੋ ਕੁਛ ਮੰਗਦੇ ਹਾਂ ਨਾ ਭਿੱਖਿਆ ਹੈ ਤੀਰਥਾਂ 'ਤੇ ਜਾਂਦਿਆਂ ਭਿੱਖਿਆ ਹੈ ਤਾਂਤਰਿਕ ਕੋਲ ਜਾ ਕੇ ਕੁੰਡਲੀ ਚੈੱਕ ਕਰਾਉਂਦੇ ਹਾਂ ਕੁੰਡਲੀ ਬਣਵਾਉਂਦੇ ਹਾਂ ਚੰਦ ਤਾਰੇ ਦੇਖਦੇ ਰਹਿੰਦੇ ਹਾਂ ਭਿੱਖਿਆ ਮੰਗਣਾ ਹੈ ਸੱਚ ਦੀ ਵਿਜ਼ਡਮ ਦੀ ਭੀਖ ਮੰਗਿਆ ਕਰ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜਬਤ ਹੈ ਦਾਤਾ ਜੋ ਅਸੀਂ ਦੁਆਰੇ ਦੁਆਰੇ ਸੁਆਂ ਜੋ ਡੋਲਤ ਨੈ ਸੁਧ ਰਾਮ ਭਜਨ ਕੀ ਕਰਦੇ ਹਾਂ ਨਾ ਸਭ ਜਗ੍ਹਾ ਜਾ ਕੇ ਆਪਣਾ ਦੀਨ ਇਮਾਨ ਗਵਾ ਦਿੰਦੇ ਹਾਂ ਨਾ ਵਿਕਾਰੀ ਵੈਸ਼ਿਆ ਵਾਲਾ ਸਾਡਾ ਜੀਵਨ ਬਣ ਜਾਂਦਾ ਜਹਾਂ ਮਰਜ਼ੀ ਆਪਣੇ ਇਮਾਨ ਕੋ ਵੇਚ ਦਿਆ ਆਪਣੇ ਮਨ ਕੇ ਸਰੀਰ ਕੋ ਵੇਚ ਦਿਆ ਇਸ ਸਰੀਰ ਨੂੰ ਨਹੀਂ ਮਨ ਕੇ ਸਰੀਰ ਕੋ ਵੇਚਾ ਉਹ ਵਿਕਾਰੀ ਮੱਤ ਹੈ ਉਹ ਸੱਚ ਦੀ ਪੱਲਾ ਛੋੜ ਦਿੱਤਾ ਰੱਬ ਜੀ ਨਾਲ ਦੂਰੀ ਹੋ ਗਈ ਆਪਣੇ ਆਪ ਨੂੰ ਸਤਿਗੁਰ ਦੀ ਮੱਤ ਦੀ ਭਿੱਖਿਆ ਮੰਗਣ ਵਾਲਾ ਜਿਹੜਾ ਸਰੈਂਡਰ ਕਰਨਾ ਹੈ ਨਾ ਇਹ ਅਸਲੀ ਭਿੱਖਿਆ ਹੈ ਇਹਨੂੰ ਤੁਮ ਦਾਤੇ ਠਾਕਰ ਪ੍ਰਤਪਾਲਕ ਉਹਨੂੰ ਅਸੀਂ ਉਸ ਦਿਨ ਪੜ੍ਹਿਆ ਵੀ ਸੀ ਅਸੀਂ ਹਮ ਤੇਰੇ ਜੰਤ ਤੂੰ ਬਜਾਵਨ ਹਾਰਾ ਹਮ ਤੇਰੇ ਜੰਤ ਤੇਰੇ ਭਿਖਾਰੀ ਦਾਨ ਦੇ ਦਤਾਰਾ ਹਮ ਤੇਰੇ ਭਿਖਾਰੀ ਦਾਨ ਦੇ ਦਤਾਰਾ ਕਰ ਕਿਰਪਾ ਕਰੋ ਪ੍ਰਭ ਦਾਤ ਭਿੱਖਿਆ ਮੰਗਣਾ ਆ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜਬਤ ਹੈ ਦਾਤਾ ਆਪਣੀ ਭੀਖ ਦਿਓ ਜਦੋਂ ਸੱਚ ਦੀ ਭੀਖ ਮੰਗਦਾ ਹੈ ਨਾ ਫਿਰ ਉਹ ਬਾਹਰ ਕਿੱਥੋਂ ਔਰ ਭਿੱਖਿਆ ਮੰਗਣ ਨਹੀਂ ਜਾਂਦਾ ਮੰਨੈ ਨਾਨਕ ਭਾਵ ਇਹ ਮੇਰੇ ਮਨ ਫਿਰ ਉਸ ਪਾਸੋਂ ਛੁੱਟ ਜਾਂਦਾ ਨਾਨਕ ਭਵੇਂ ਨਾ ਭਿੱਖ ਅਦਵੈਤ ਅਵਸਥਾ ਵਿੱਚ ਨਾਨਕ ਜੀ ਆਖਦੇ ਹਨ ਸਤਿਗੁਰ ਦੀ ਮੱਤ ਰਾਹੀਂ ਵਿਰਲਾ ਬਣਨ ਵਾਲੇ ਮਨ ਨੂੰ ਕੋਈ ਵੀ ਭਿੱਖਿਆ ਜ਼ਹਿਰ ਰੂਪੀ ਖਿਆਲ ਆਉਂਦਾ ਹੀ ਨਹੀਂ ਆ ਉਹ ਕਿੱਥੋਂ ਲੈਂਦਾ ਹੀ ਨਹੀਂ ਹੈ ਐਸਾ ਨਾਮ ਨਿਰੰਜਨ ਹੋਏ ਸਤਿਗੁਰ ਦੀ ਮੱਤ ਇਸ ਤਰ੍ਹਾਂ ਕਾਲਖ ਕੂੜ ਤੋਂ ਛੁਟਾ ਦਿੰਦੀ ਹੈ ਜਦੋਂ ਸੁਣ ਕੇ ਮਰ ਲਵੋ ਜੇ ਕੋ ਅਗਰ ਕੋਈ ਮਨ ਜਾਣਾ ਮੰਨ ਲੈਂਦਾ ਹੈ ਤਾਂ ਉਹ ਮਨ ਕੋਏ ਬਣ ਜਾਂਦਾ ਹੈ